ਅੱਜ ਤਾਂ ਬਾਜ਼ਾਰ ਕਿਹੜਾ ਪਛਾਣੋ ਇਸੀ ਕਿ ਵੀ ਇਹ ਨੇ ਜੀ ਲੱਸਾ ਬਾਜ਼ਾਰ ਅਸਾਂ ਇਦੋਂ ਕਿੰਦਾ ਜੀ ਸਜਾ ਜੀ ਬਿਲਕੁਲ ਅਸਾਂ ਜੁਲੇ ਹਾਂ ਜੀ ਛੱਤਰੋ ਕਿਉਂਕਿ ਇੱਥੋਂ ਸਜਾ ਕੇ ਨਾਂ ਤਾਂ ਪਿੱਛੋਂ ਡਾਇਰੈਕਟ ਜਾਂ ਕੁਛ ਨਹੀਂ ਜੀ ਉਹ ਛੱਤਰੋ ਪੁੱਜ ਜਾਣੇ ਮਾਸ਼ਾਅੱਲਾ ਇਹ ਜਿਹਾ ਵਿਊ ਆ ਜੀ ਇਹ ਛੱਤਰੋ ਬਾਜ਼ਾਰ ਦਾ ਵਿਊ ਹੈ ਫਿਲਹਾਲ ਤਾਂ ਦੱਸਾਂ ਕਿ ਸਟਾਰਟਿੰਗ ਵਾਲਾ ਬਾਜ਼ਾਰ ਨਜ਼ਰ ਜਿਹੜੀ ਅਸੀਂ ਅਕਸਰੀਅਤ ਦੁਕਾਨਾਂ ਜਿਹੜੀਆਂ ਨੇ ਜੀ ਬਹੁਤ ਹੈ ਬਣਦੀਆਂ ਇੱਥੇ ਜੈਸੇ ਜੀ ਛੋ ਜੀ ਇੱਥੇ ਛੋਟਰੋ ਮੇਨ ਬਾਜ਼ਾਰ ਨਹੀਂ ਸਟਾਰਟ ਹੋ ਜਾਓ ਜੀ ਮਾਸ਼ਾਅੱਲਾ ਸਾਨੂੰ ਤੱਕ ਹੁਣ ਪਤਾ ਚੱਲੀ ਰਿਹਾ ਸੀ ਉਹ ਵਾਕਈ ਇੱਥੇ ਰਸ਼ ਵਗੈਰਾ ਹੈ ਜੀ ਉਹ ਪਾਓ ਸਾਨੂੰ ਤੱਕ ਟਰੈਕਟਰ ਰਾਸ਼ਦ ਸ਼ਬੀਰ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਰੇ ਚ ਠਾਕ ਸੋ ਹੈ ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਦ ਸ਼ਬੀਰ ਸੋ ਤੱਕ ਕੀ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸੋਹਣੀ ਖਿਦਮਤ ਫਿਰ ਆਜ਼ਾਨ ਚ ਨਈ ਵੀਡੀਓ ਕੋਈ ਨਹੀਂ ਇਸ ਵੇਲੇ ਜਾਂ ਮੌਜੂਦ ਹਾਂ ਜੀ ਉਹ ਆਪਣੇ ਗ੍ਰਾਂਚੀ ਮੌਜੂਦ ਹਾਂ ਸੁਬਹ ਦਾ ਟਾਈਮ ਹੈ ਸੁਬਹ ਦੇ ਟਾਈਮ ਅਸਾਂ ਮੌਸਮ ਦੇਖੋ ਜੀ ਮੌਸਮ ਜਿਹੜਾ ਆਇਆ ਜੀ ਉਹ ਇੰਤਹਾਈ ਖੂਬਸੂਰਤ ਹੋਇਆ ਵਾ ਧੁੱਪ ਨਿਕਲਤੀ ਵੀ ਆ ਤਾਂ ਇਹ ਸਾਰਾ ਪਾਰ ਗ੍ਰਾਂ ਤੱਕ ਕਿਹੜਾ ਗ੍ਰਾਂ ਆ ਜੀ ਹੈਰੀ ਬਾਲਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਕੀ ਕਾਰ ਨਜ਼ਰ ਆਈ ਰਿਹਾ ਜੀ ਔਰ ਬਹੁਤ ਹੀ ਖੂਬਸੂਰਤ ਵਿਊ ਲੱਗੀ ਰਿਹਾ ਸੁਬਹ ਦੇ ਟਾਈਮ ਜਿਹਾ ਵਿਊ ਆਉਣਾ ਨਾ ਉਹ ਵੈਸੇ ਹੀ ਖੂਬਸੂਰਤ ਆਉਣਾ ਆ ਤਾਂ ਅੱਜ ਸਾਨੂੰ ਤੱਕ ਸੂਰਜ ਜਿਹੜਾ ਜੀ ਉਹ ਵੀ ਸਹੀ ਅੱਜ ਉੱਪਰ ਆਇਆ ਨੀਚਾ ਕੋਣੀ ਆ ਤਾਂ ਬਾਕੀ ਸਾਨੂੰ ਤੱਕਣੇ ਉਸ ਡੈਮ ਵਿੱਚ ਸੂਰਜ ਰਹਿਣਾ ਜੀ ਉਹ ਸਹੀ ਚਮਕੀ ਰਿਹਾ ਪਤਾ ਇਸ ਚੱਲੀ ਰਿਹਾ ਕਿ ਲੱਗੀ ਵੀ ਆ ਅੱਜ ਅੱਗ ਡੈਮ ਹੈ ਤਾਂ ਬਾਕੀ ਤੁਸੀਂ ਅਗਰ ਵਿਊ ਪਰ ਗੌਰ ਕਰੋ ਤਾਂ ਵਿਊ ਜਿਹੜਾ ਆਇਆ ਜੀ ਉਹ ਅੱਜ ਥੋੜ੍ਹਾ ਧੁੰਦਲਾ ਆ ਅੱਜ ਪਤਾ ਇਸ ਚੱਲੀ ਰਿਹਾ ਕਿ ਪਏ ਵੀ ਆ ਧੁੰਦ ਔਰ ਵਾਕਈ ਪਏ ਵੀ ਆ ਜੀ ਧੁੰਦ ਕਿਉਂਕਿ ਉਹ ਪਾ ਜਿਹੜੀ ਪਹਾੜੀਆਂ ਹੈ ਜੀ ਉਹ ਪਹਾੜੀਆਂ ਅਸਾਂ ਅੱਜ ਸਹੀ ਨਜ਼ਰ ਕੋ ਨਹੀਂ ਆਈ ਰਹੀਆਂ ਆ ਜੇ ਗ੍ਰਾਂ ਜਿਹੜਾ ਸੀ ਇਹ ਸਹੀ ਅਸਾਂ ਨਜ਼ਰ ਚੜਾਉਣਾ ਸੀ ਇਹ ਵੀ ਅੱਜ ਅਸਾਂ ਕਿ ਸਹੀ ਨਜ਼ਰ ਨਹੀਂ ਆਈ ਰਿਹਾ ਜਿਸ ਤਰ੍ਹਾਂ ਆਉਣੀ ਸੀਗੀ ਨਜ਼ਰ ਰਚਣਾ ਚਾਹੀਦਾ ਆ ਮੌਸਮ ਜਿਹਾ ਸਾਫ਼ ਹੋਣਾ ਜੀ ਉਹ ਬਾਰਿਸ਼ਾਂ ਸੂਬਾ ਦੀ ਸਾਫ਼ ਹੋਣਾ ਹੁਣ ਬਾਰਿਸ਼ਾਂ ਕੀ ਕਾਫ਼ੀ ਦਿਹਾੜੇ ਹੋਈ ਗਏ ਕਿ 8-10 ਦਿਹਾੜੇ ਹੋਈ ਗਏ ਜ਼ਰਾ ਮੌਸਮ ਜਿਹੜਾ ਆਇਆ ਜੀ ਫਿਜ਼ਾ ਜਿਹੜੀ ਆਇਆ ਜੀ ਉਹ ਗੰਦੀ ਉਹ ਸੀ ਹੈ ਕਿਉਂਕਿ ਫਿਜ਼ਾ ਵਿੱਚ ਧੂਲ ਖੁੱਕਲ ਕਾਫ਼ੀ ਗੇਠੀ ਹੋਣੀ ਆ ਤਾਂ ਫਿਰ ਉਹ ਫਿਜ਼ਾ 'ਚ ਹੀ ਰਹਿਣੀ ਆ ਲੈਣੀ ਬੁਨਕਾਉਣੀ ਹੈ ਬਾਕੀ ਅਸਾਂ ਤੱਕੋ ਜੀ ਮਾਸ਼ਾਅੱਲਾ ਕਣਕ ਜਿਹੜੀ ਆਇਆ ਜੀ ਹੁਣ ਸਹੀ ਹਰੀ ਹਰੀ ਹੋਈ ਵੀ ਆ ਤਾਂ ਬਾਕੀ ਅਸਾਂ ਕਿ ਅੱਜ ਦਾ ਇੱਕ ਸਿੱਟਾ ਨਜ਼ਰ ਆਇਆ ਤਾਂ ਇਸ ਸਿੱਟੇ ਸਾਨੂੰ ਤੱਕੋ ਅਗਰ ਅਪਰੂ ਜਿਹੜਾ ਆਇਆ ਜੀ ਉਹ ਸਾਵ ਹੈ ਤਾਂ ਨੀਚੂ ਹੋਇਆ ਵਾ ਕਾਲਾ ਇਸੀ ਹੁਣ ਬਿਮਾਰੀ ਲੱਗੀ ਵੀ ਆ ਤਾਂ ਉਹ ਸਿੱਟਾ ਤੁਸਾਂ ਤੱਕੋ ਇਹ ਜਿਹਾ ਸਿੱਟਾ ਆਇਆ ਜੀ ਇਹ ਪੂਰਾ ਹੀ ਕਾਲਾ ਹੈ ਇਹ ਤਾਂ ਅੱਧਾ ਕਾਲਾ ਪਰ ਉਹ ਪੂਰਾ ਕਾਲਾ ਹੈ ਬਾਕੀ ਅਗਰ ਸਾਨੂੰ ਸਿੱਟੇ ਤੱਕੋ ਸਿੱਟੇ ਜਿਹੜੇ ਆਇਆ ਜੀ ਉਹ ਸਹੀ ਹੈ ਪਰ ਇਹ ਜਿਹੜੇ ਆਇਆ ਜੀ ਇਹਨਾਂ ਕੀ ਕੋਈ ਬਿਮਾਰੀ ਲੱਗੀ ਵੀ ਆ ਕੋਈ ਕੀੜਾ ਲਗਾ ਤਾਂ ਇਹ ਬਿਮਾਰ ਹੋਏ ਵੇ ਕੁਝ ਦਿਹਾੜੀ ਪਹਿਲਾਂ ਤੁਸੀਂ ਕਣਕ ਦੱਸੀ ਸੀ ਉਸ ਵੇਲੇ ਕਣਕ ਕਿ ਸੀਟਾਂ ਕੋਲ ਨਿਕਲਦਾ ਸੀ ਆ ਜਿਸ ਤਰ੍ਹਾਂ ਬਾਰਿਸ਼ਾਂ ਵਗੈਰਾ ਹੋਈ ਰਹੀਆਂ ਸਨ ਉਹਨੂੰ ਸਾਨੂੰ ਤੱਕ ਸਿੱਟੇ 'ਚ ਰਹਿ ਜੀ ਆਲਮੋਸਟ ਪੂਰੇ ਪੂਰੇ ਬਾਹਰ ਨਿਕਲਤੇ ਵੇ ਅਤੇ ਨਾਲ ਹੀ ਹੁਣ ਸਾਨੂੰ ਤੱਕ ਹੋਇਆ ਤਾਂ ਬਿਮਾਰੀਆਂ ਵੀ ਇੰਨਾ ਕਿ ਲੱਗਣਾ ਸ਼ੁਰੂ ਹੋਈ ਗਈਆਂ ਜੇ ਮਾਰੇ ਦੋਸਤੋ ਫਾਈਨਲੀ ਮੈਂ ਤਿਆਰ ਸ਼ਿਆਰ ਹੋਈ ਤਾਂ ਆਈ ਗਿਆ ਜੀ ਰੋਡਾ ਪਰ ਤਾਂ ਇਲਾਕਾ ਸਾਨੂੰ ਤੱਕ ਹੀ ਸਕਣਾ ਜੀ ਇਲਾਕਾ ਕਿਹੜਾ ਪਛਾਣੋ ਹੈ ਤੱਕੀ ਤਾਂ ਪਛਾਣੀ ਤਾਂ ਗਏ ਹੀ ਉਸੋ ਜੀ ਕਿਹੜਾ ਇਲਾਕਾ ਆ ਨਾ ਪੂਰਾ ਬਾਣਾ ਜ਼ਹਿਰ ਸੋ ਨਾ ਨਾਲ ਜੁਸੋ ਤਾਂ ਫਿਰ ਸਾਨੂੰ ਪਤਾ ਲੱਗ ਸੀ ਜੀ ਇਸ ਵੇਲੇ ਮੈਂ ਕਿਹੜੇ ਇਲਾਕੇ 'ਚ ਮੌਜੂਦ ਹਾਂ ਤਾਂ ਇਹ ਸਾਨੂੰ ਤੱਕ ਹੀ ਸਕਣਾ ਜੀ ਅੱਗੇ ਅਸਾਂ ਕੀ ਨਜ਼ਰ ਰੱਖਣਾ ਅਸੀਂ ਆ ਬੋਰਡ ਲਗਾ ਸਿਆਖ ਪੋਠਾ ਬੰਗਸ਼ ਪੋਠਾ ਸ਼ੇਰ ਛੋਤਰੋ ਪਤਾ ਲੱਗ ਗਿਆ ਕਿੱਥੇ ਮੌਜੂਦ ਹਾਂ ਤਾਂ ਬਾਕੀ ਆ ਦੱਸਣਾ ਜੀ ਬਾਜ਼ਾਰ ਤਾਂ ਬਾਜ਼ਾਰ ਕਿਹੜਾ ਪਛਾਣੋ ਇਸੀ ਕਿ ਵੀ ਇਹ ਨੇ ਜੀ ਲੱਸਾ ਬਾਜ਼ਾਰ ਅਸਾਂ ਇਦੋਂ ਕਿੰਦਾ ਜੀ ਸਜਾ ਤਾਂ ਹੁਣ ਸੇ ਪਤਾ ਚੱਲੀ ਗਿਆ ਸੀ ਅਸਾਂ ਕੋਈ ਜੁਲੇ ਹਾਂ ਜੀ ਜੀ ਬਿਲਕੁਲ ਅਸਾਂ ਜੁਲੇ ਹਾਂ ਜੀ ਛੱਤਰੋ ਕਿਉਂਕਿ ਇੱਥੋਂ ਸਜਾ ਕੇ ਨਾਂ ਤਾਂ ਪਿੱਛੋਂ ਡਾਇਰੈਕਟ ਜਾਂ ਕੁਛ ਨਹੀਂ ਜੀ ਉਹ ਛੱਤਰੋ ਪੁੱਜ ਜਾਣੇ ਬਾਕੀ ਅਸਾਂ ਤੱਕ ਹੀ ਸਕਣਾ ਜੀ ਛੁਤਰੋ ਵਾਲਿਆਂ ਨੇ ਕਾਰਡ ਇਹ ਜੈਸੇ ਲੱਸੇ ਸੋ ਨਿਕਲੋ ਨਾ ਤਾਂ ਨਿਚਲੀ ਸਾਈਡ ਸੋ ਜਾਓ ਛੱਤਰੋ ਵਾਲੀ ਸਾਈਡ ਇਹ ਵਿਊ ਜਿਹਾ ਬਣਨਾ ਜੀ ਇਹ ਉੱਧਰ ਬਣਨਾ ਨੇ ਇਸ ਤੋਂ ਅੱਗੇ ਜਾਓ ਤਾਂ ਫਿਰ ਥੋੜ੍ਹਾ ਲੁਕਾ ਮੋੜਾ ਅੱਛਾ ਆ ਯਾਨੀ ਕਿ ਅੱਗੇ ਜੰਗਲ ਅੱਛਾ ਫਿਰ ਉਸ ਤੋਂ ਬਾਅਦ ਸ਼ੁਰੂ ਜਾਣਾ ਜੀ ਬਾਜ਼ਾਰ ਯਾਨੀ ਕਿ ਅੱਜ ਸੰਗੀ ਚੱਕ ਕਰਾਸਾਂ ਜੀ ਛੁਤਰੋ ਤਾਂ ਛੁਤਰੋ ਨਾਲ ਬਾਜ਼ਾਰ ਤਾਂ ਮਾਸ਼ਾਅੱਲਾ ਸਾਂ ਤੱਕ ਹੀ ਸਕਣਾ ਜੀ ਕਾਰਡ ਇੱਥੇ ਕਾਰਡ ਕੁਝ ਨਵੇਂ ਤਿਆਰ ਹੋ ਰਹੇ ਤਾਂ ਕੁਝ ਜਿਹੜੇ ਆ ਜੀ ਆਲਰੇਡੀ ਤਿਆਰ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਆ ਜੀ ਉੱਥੋਂ ਅੱਗੇ ਨਿਕਲਣ ਜਾਓ ਤਾਂ ਰਾਸਤੇ ਹੀ ਕਛਮੀ ਜੀ ਮਸ਼ੀਨ ਜਿਸ ਹੀ ਆਉਣੇ ਜੀ ਕ੍ਰੈਸ਼ ਮਸ਼ੀਨ ਬਜਰੀ ਛਜਰੀ ਉਸ ਤੱਕ ਬਣੀ ਰਹੀ ਆ ਹਾਕਾ ਸ਼ਾਕਾ ਨਿਕਲੀ ਰਿਹਾ ਜਿਹਨਾਂ ਵਾਂਗ ਕੋਠੀਆਂ ਛੋਟੀਆਂ ਬਣਾਉਣੀਆਂ ਜੀ ਛੁਤਰੋ ਹੋਏ ਉਹ ਇੱਥੋਂ ਬਜਰੀ ਵਗੈਰਾ ਖਿੱਚ ਸਕਣ ਫਿਰ ਕਿਸੂ ਵਿੱਚ ਹੀ ਤਾਂ ਕਿ ਨਹੀਂ ਸਕਣੇ ਜ਼ਰਾ ਕਿਸੇ ਕਿਸ ਤਰ੍ਹਾਂ ਨੇੜਾ ਪੈਣਾ ਰੇਟ ਮਰਾਸਲ ਲੱਭਣਾ ਤਾਂ ਉਹ ਇੱਥੋਂ ਕਿ ਨਹੀਂ ਸਕਣਾ ਤਾਂ ਬਾਕੀ ਆ ਪਰ ਸੋਤਕ ਨੇ ਸਵਾਜੀ ਘਰ ਸੰਗ ਨਜ਼ਰ ਆਈ ਰਹੇ ਉਸ ਨੇ ਤਾਂ ਇਹ ਵੇਖੋ ਇਹ ਤਾਂ ਸੰਗੀਤ ਹੈ ਮਸਜਿਦ ਵਾਲਾ ਵੀ ਨਜ਼ਰ ਅੱਛੀ ਹੋ ਸੀ ਤਾਂ ਬਾਕੀ ਆ ਨਾਲ ਹੀ ਸੋਤਕ ਵਾਲਾ ਤਾਂ ਸੰਗੀਤ ਹੈ ਸਟਾਰਟਿੰਗ ਵਾਲਾ ਬਾਜ਼ਾਰ ਨਜ਼ਰ ਆਈ ਰਿਹਾ ਸੀ ਜੀ ਨਾਲ ਹੀ ਅਗਰ ਸਾਂ ਤੱਕੋ ਹੈ ਤਾਂ ਸੰਗ ਇੱਥੇ ਨਜ਼ਰ ਅੱਛਾ ਜੀ ਬੋਰਡ ਦਾ ਬੂਟਾ ਇਹ ਬੋਰਡ ਦਾ ਬੂਟਾ ਬਹੁਤ ਹੀ ਪੁਰਾਣਾ ਆ ਤਾਂ ਨਾਲ ਹੀ ਪਾਸਾਂ ਤੱਕੋ ਤਾਂ ਸੰਗ ਨਜ਼ਰ ਅੱਛੀ ਜੀ ਬਨ
ਇਹ ਬੂਟੇ ਉੱਥੇ ਹੀ ਲੱਗੇ ਹੋਏ ਨੇ ਜਿੱਥੇ ਹੁਣ ਹੀ ਆ ਬਣ ਵੈਸੇ ਬੂਟੇ ਬਣ ਲੱਗੇ ਹੋਏ ਨੇ ਕਿਉਂਕਿ ਇਹਨਾਂ ਬੂਟਿਆਂ ਕੀ ਪਾਣੀ ਸ਼ਾਣੀ ਚਾਹੀਦਾ ਹੋਣਾ ਤਾਂ ਇਸ ਤਰ੍ਹਾਂ ਤੱਕ ਹੀ ਸਕਦੇ ਜੀ ਗਾਰਡੀਅਨ ਸਕੂਲ ਹੈ ਤਾਂ ਮਾਸ਼ਾਅੱਲਾ ਇਹ ਜਿਹਾ ਵਿਊ ਹੈ ਜੀ ਇਹ ਚਤਰੋ ਬਾਜ਼ਾਰ ਦਾ ਵਿਊ ਹੈ ਫਿਲਹਾਲ ਤਾਂ ਦੱਸਾਂਗੇ ਸਟਾਰਟਿੰਗ ਵਾਲਾ ਬਾਜ਼ਾਰ ਨਜ਼ਰ ਜਿਹੜੀਆਂ ਸੀ ਅਕਸਰੀਅਤ ਦੁਕਾਨਾਂ ਜਿਹੜੀਆਂ ਨੇ ਜੀ ਬਹੁਤ ਹੈ ਬਣਦੀਆਂ ਤਾਂ ਇਹ ਦੱਸਾਂ ਦਫ਼ਤਰ ਯੂਨੀਅਨ ਕੌਂਸਲ ਚਤਰੋ ਨਾਲ ਤਾਂ ਮਾਸ਼ਾਅੱਲਾ ਇਸ ਤਰ੍ਹਾਂ ਤੱਕ ਜੀ ਬਹੁਤ ਹੀ ਖੂਬਸੂਰਤ ਵਿਊ ਤਾਂ ਹੁਣ ਪਤਾ ਚੱਲ ਹੀ ਰਿਹਾ ਕਿ ਕੋਈ ਬਾਜ਼ਾਰ ਆ ਹੀ ਰਿਹਾ ਹੈ ਜੀ ਮਾਹੌਲ ਜਿਹੜਾ ਹੈ ਜੀ ਹੁਣ ਆ ਗਿਆ ਬਾਜ਼ਾਰਾ ਲਾਇਆ ਤਾਂ ਬਾਜ਼ਾਰ ਜ਼ਾਰਾ ਬੰਦਿਆਂ ਦਾ ਬੰਦਾ ਬਾਜ਼ਾਰ ਹੀ ਬੰਦੇ ਹੁੰਦਾ ਤਾਂ ਬਾਜ਼ਾਰ ਹੀ ਬਣਦੀ ਆ ਕਿ ਬਾਜ਼ਾਰ ਹੀ ਬੰਦੇ ਨਹੀਂ ਤਾਂ ਉਹ ਫਿਰ ਬਾਜ਼ਾਰ ਹੀ ਨਹੀਂ ਆਇਆ ਹੁਣ ਸਾਡੀ ਐਂਟਰੀ ਹੋਈ ਰਹੀ ਹੈ ਜੀ ਮੇਨ ਚਤਰੋ ਬਾਜ਼ਾਰ 'ਚ ਮਾਸ਼ਾਅੱਲਾ ਸਾਨੂੰ ਤੱਕ ਸਾਨੂੰ ਨਜ਼ਰ ਸੁਣੀ ਸੀ ਜੀ ਪਾਰ ਟੈਂਕੀ ਇੱਥੇ ਜੈਸੇ ਜੀ ਛੋ ਜੀ ਇੱਥੇ ਚਤਰੋ ਮੇਨ ਬਾਜ਼ਾਰ ਨਹੀਂ ਸਟਾਰਟ ਹੋ ਜਾਓ ਜੀ ਮਾਸ਼ਾਅੱਲਾ ਸਾਨੂੰ ਤੱਕ ਹੁਣ ਪਤਾ ਚੱਲ ਹੀ ਰਿਹਾ ਸੀ ਵਾਕਈ ਇੱਥੇ ਰਸ਼ ਵਗੈਰਾ ਹੈ ਜੀ ਉਹ ਪਾਓ ਸਾਨੂੰ ਤੱਕ ਟਰੈਕਟਰ ਅੱਗੇ ਹੋਇਆ ਸੀ ਆ ਰਸਤਾ ਬੰਦ ਮੋਟਰਸਾਈਕਲ ਨੂੰ ਆਪਣੇ ਲਾਉਣਾ ਪੈਣਾ ਅਤੇ ਆਇਆ ਰੋਵਸ ਇਹ ਪਾਓ ਸਾਨੂੰ ਤੱਕ ਹੀ ਜਾਣਾ ਜੀ ਗੱਡੀ ਹੁਣ ਆ ਹੀ ਰਹੀ ਹੈ ਰੋਵਸ ਕਿਉਂਕਿ ਇਹਨਾਂ ਨੂੰ ਲਾਇਆ ਸੀ ਰਸਤੇ 'ਚ ਜ਼ਿਆਦਾ ਰਸਤੇ ਚੀਜ਼ਾਂ ਲਾਉਣਾ ਤਾਂ ਫਿਰ ਇੱਕ ਚੀਜ਼ ਬੰਦ ਹੋ ਜਾਣੀ ਆ ਤਾਂ ਦੂਸਰੀ ਬਿਲਕੁਲ ਨਹੀਂ ਆ ਰਸਤਾ ਸਾਫ਼ ਸੀ ਤਾਂ ਫਿਰ ਜ਼ਹਿਰ ਹੀ ਆ ਗਿਆ ਉਹ ਜੇ ਸਕਦੇ ਜੀ ਪਾਪਾ ਉਹਨੂੰ ਇਹ ਰੇਟ ਕਿਉਂਕਿ ਇਹ ਰੋਡ ਜਿਹੜੀ ਆ ਜੀ ਉਹ ਸਿੰਗਲ ਹੈ ਡਬਲ ਹੈ ਕੋਈ ਆ ਡਬਲ ਹੋਇਆ ਤਾਂ ਕੰਮ ਬਣੀ ਵੀ ਗਿਆ ਜਾਣ ਦਿਓ ਉਸ ਪਤੇ ਮੈਂ ਪਿੱਛੇ ਨਾ ਹੁਣ ਤੱਕ ਹੈ ਠੀਕ ਹੈ ਜੀ ਸਾਨੂੰ ਤੱਕ ਮੋਟਰਸਾਈਕਲ ਅੱਗੇ ਕਰਨਾ ਪੈ ਸੀ ਆ ਹੋਰ ਦੱਸਾਂਗੇ ਲਓ ਜੀ ਟਰਾਲੀ ਵਗੈਰਾ ਨਿਕਲੀ ਗਈ ਆ ਤਾਂ ਸਾਨੂੰ ਅੱਗੇ ਜਾ ਸਕਾਂ ਬਾਕੀ ਉਹ ਪਿੱਛਾ ਸਾਨੂੰ ਤੱਕ ਨੇ ਉਸ ਵੇਲੇ ਸਕੂਲਾਂ ਦੀ ਗੱਡੀ ਵੀ ਆਈ ਰਹੀ ਆ ਜੀ ਨਾ ਨਾ ਮੋਟਰਸਾਈਕਲ ਗੇ ਲਾਈ ਕਿੰਨਾ ਕਿਉਂਕਿ ਰੋਜ਼ ਜਿਹੜੀ ਆ ਜੀ ਉਹ ਸਿੰਗਲ ਹੈ ਡਬਲ ਹੋਇਆ ਤਾਂ ਫਿਰ ਮੈਂ ਗੁਜ਼ਾਰਾ ਇਹੀ ਨਹੀਂ ਗਿਆ ਪਰ ਡਬਲ ਨਹੀਂ ਨਾ ਫਿਰ ਉਹਨਾਂ ਭਾਵੇਂ ਨਾ ਕਿ ਗੱਡੀ ਕਰੀ ਆ ਜੀ ਉਹ ਪਿੱਛਾ ਕਰਨੀ ਪਈ ਆ ਤਾਂ ਫਿਰ ਉਹ ਤੂੰ ਨਿਕਲੀ ਸਕਦੇ ਤਾਂ ਬਾਕੀ ਆਸਾਂ ਤੱਕ ਹੀ ਸਕਦੇ ਜੀ ਚਤਰੋ ਬਾਜ਼ਾਰ ਨਾਲ ਜੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਜਾ ਵੀ ਹੋਇਆ ਜੀ ਦਿਹਾੜੀ ਨੇ ਟੇਮ ਆ ਸਵੇਰ ਸਾਨੂੰ ਤੱਕ ਨੇ ਸਵੇਰ ਸਹੀ ਪਕੀ ਰਿਹਾ ਤਾਂ ਇੱਥੇ ਸਵਾ ਮੋਟਰਸਾਈਕਲ ਸਾਂ ਲੋਕ ਖੜੀ ਕਿੰਨੇ ਰੋਡਾ ਵਗੈਰਾ ਜੀ ਉਹ ਪਾਣੀ ਆ ਤਾਂ ਬਾਕੀ ਆਸਾਂ ਤੱਕ ਹੀ ਸਕਦੇ ਜੀ ਪੁਰਾਣੀ ਬਿਲਡਿੰਗਾਂ ਅਸੀਂ ਇੱਥੇ ਨਜ਼ਰ ਆਈ ਹੋਈਆਂ ਸਾਨੂੰ ਤਾਂ ਕੋਈ ਜਿਹੜੀਆਂ ਬਿਲਡਿੰਗਾਂ ਇੱਥੇ ਆਈਆਂ ਜੀ ਉਹ ਨਵੀਆਂ ਵੀ ਬਣਦੀਆਂ ਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਾਜ਼ਾਰ ਮੈਂ ਜਾਣਾ ਸੀ ਅਸਲ ਵਿੱਚ ਅੱਗੇ ਤਾਂ ਮੈਂ ਚਲੋ ਰਸਤੇ 'ਚ ਵਿਊ ਵੀ ਮਾਰੀ ਜਾਂ ਕਿਉਂਕਿ ਅਕਸਰੀਅਤ ਜਿਹੜੀ ਸਾਰੀ ਓਡੀਅੰਸ ਹੈ ਜੀ ਉਹ ਚਤਰੋ ਨਹੀਂ ਆ ਤਾਂ ਮੈਂ ਚਲੋ ਉਹ ਆਪਣੇ ਬਾਜ਼ਾਰ ਨਾਲ ਆਪਣੇ ਇਲਾਕੇ ਨਾਲ ਵਿਊ ਵੀ ਤੱਕ ਕਿਸ ਤਰ੍ਹਾਂ ਤਾਂ ਬਾਕੀ ਆ ਵਿਊ ਤੁਸਾਂ ਤੱਕ ਹੋਇਆ ਜੀ ਤਾਂ ਇੰਜੋਏ ਕਰੋ ਹੈ ਤਾਂ ਸਾਡੇ ਨਾਲ ਜੁੜੇ ਰਹੋ ਕਿਰਿਆ ਬਿਲਕੁਲ ਨਾ ਤਾਂ ਬਾਜ਼ਾਰ ਜਿਹੜਾ ਹੈ ਜੀ ਉਹ ਮਾਸ਼ਾਅੱਲਾ ਵੱਲ ਤਕੜਾ ਆ ਕੁਝ ਬਾਜ਼ਾਰ ਆ ਕੁਝ ਲੋਕਾਂ ਨੇ ਘਰ ਹੈ ਜੀ ਮਾਸ਼ਾਅੱਲਾ ਆਪਾਂ ਸੰਤ ਕੋਲ ਸੰਗ ਨਜ਼ਰ ਛਾਂ ਜੀ ਉੱਥੇ ਪੋਸਟਰ ਲਗਾ ਤਾਂ ਉਹ ਹਵਾਵੇਂ ਇਲਾਕਾ ਕੀ ਸਰਵਿਸ ਵਗੈਰਾ ਦੇ ਰਹੇ ਤਾਂ ਇੱਥੇ ਮੈਂ ਤੱਕਿਆ ਜੀ ਬੈਂਕ 'ਚ ਰਹਿ ਜੀ ਉਹ ਆਲਰੇਡੀ ਸਾਰੇ ਹੀ ਮੌਜੂਦ ਹੈ ਕੋਈ ਬੈਂਕ ਐਸਾ ਹੈ ਕੋਈ ਜਿਹੜਾ ਇੱਥੇ ਨਾ ਹੋਇਆ ਕਾਫੀ ਮਸਰੂਫ ਬਾਜ਼ਾਰ ਹੈ ਜੀ ਇਹ ਛੁਤਰੋ ਹੋਣਾ ਤਾਂ ਬਾਕੀ ਆਸਾਂ ਤੱਕ ਜੀ ਬੋਇਜ਼ ਸਕੂਲ ਸੰਗ ਇੱਥੇ ਨਜ਼ਰ ਆਈ ਰਿਹਾ ਸੀ ਉਸ ਰੰਗ ਗੇਟ ਜਿਹੜਾ ਜੀ ਉਹ ਖੁੱਲ੍ਹਾ ਤਾਂ ਇੱਥੇ ਛੋੜਾਂ ਜੀ ਤਾਂ ਬਾਜ਼ਾਰ ਨਹੀਂ ਹੋਈ ਜਾਣੀ ਇੱਥੇ ਐਂਡਿੰਗ ਜੇ ਮਾੜੇ ਦੋਸਤੋ ਸਾਨੂੰ ਬਾਜ਼ਾਰ ਨਾਲ ਵਿਊ ਰੱਖਿਆ ਲੇਕਿਨ ਅਸਾਂ ਇੰਜੋਏ ਕੀਤਾ ਉਸ ਆਏ ਜਿਹੜੇ ਵੀਡੀਓ ਬਣਾਏ ਨੇ ਜੀ ਇਹ ਜਲਦੀ ਜਲਦੀ ਨਹੀਂ ਹੈ ਜਾਣ ਦਾ ਕਿ ਜਾਣਾ ਸੀ ਲੇਟ ਏਰੀਆ ਸਾਂ ਤਾਂ ਨਹੀਂ ਤਾਂ ਸਾਂ ਜੀ ਮੈਂ ਟੂਰੀ ਦਾ ਚੱਕ ਰਿਹਾ ਬਾਜ਼ਾਰ ਨਾਲ ਵਿਊ ਮੋਟਰਸਾਈਕਲਾਂ ਵੀ ਚੱਕ ਰਿਹਾ ਤੇਜ਼ੀ 'ਚ ਚੱਕ ਕਰਿਆ ਬਾਕੀ ਹੁਣ ਚਲੋ ਅਸਾਂ ਕਿ ਗ੍ਰਾਇਣ ਦਾ ਵਿਊ ਚੱਕ ਕਰਿਆ ਅਸਾਂ ਉਸੇ ਜਿਹੜੀ ਇੰਜੋਏ ਕਰੋਗੇ ਇਹ ਸਾਂ ਤੱਕ ਹੀ ਸਕਦੇ ਜੀ ਗ੍ਰਾਇਣ ਦਾ ਵਿਊ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗ੍ਰਾਂ ਚਤਰੋ ਆ ਜਾਣਾ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਚਤਰੋ ਗ੍ਰਾਇਣ ਆ ਮੈਂ ਕਿਹਾ ਇਹ ਬਾਤ ਹੈ ਕਿਹਾ ਇਹ ਬਾਤ ਹੈ ਕਿਆ ਸਾਂ ਆਈ ਜਾਣਾ ਇਸ ਰੋਡਾ ਪਰ ਸਾਰੇ ਕਾਲ ਜਿਹੜੇ ਜੀ ਰੋਡਾ ਬੜੀ ਹੈ ਸਾਈਡਾਂ ਬਣਨੀ ਹੈ ਮੈਂ ਇੱਥੇ ਜਾ ਵਿਊ ਬਣਾ ਉਹ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਣਨਾ ਤਾਂ ਇਸ ਤਰ੍ਹਾਂ ਤੱਕ ਜੀ ਅੱਲਾ ਨਾ ਕਾਰ ਮਾਸ਼ਾਅੱਲਾ ਬਹੁਤ ਹੀ ਪਿਆਰਾ ਕਾਰ ਤਾਂ ਬਾਕੀ ਨਾਲ ਸਾਂ ਤੱਕ ਦੱਸਾਂ ਜਿੱਥੇ ਨਜ਼ਰ ਸੀਆਂ ਜੀ ਪੁਰਾਣੀਆਂ ਯਾਦਾਂ ਤਾਂ ਇਹ ਸਾਰੇ ਚਾਚਾ ਜਾਈ ਰਹੇ ਇੱਥੇ ਇੰਨਾ ਨਮਾਜ਼ ਵਗੈਰਾ ਪੜ੍ਹੀ ਆ ਤਾਂ ਹੁਣ ਅੱਗੇ ਜੇ ਕੰਮ ਖਾਜ ਤਾਂ ਰੱਖ ਸਨ ਤਾਂ ਬਾਕੀ ਆ ਨਾਲ ਹੀ ਸਾਂ ਤੱਕ ਇੱਥੇ ਛੁਤਰੋ ਵਾਲਿਆਂ ਨੇ ਬਾਗ ਇੱਥੇ ਛੁਤਰੋ ਵਾਲਿਆਂ ਨੇ ਬਾਗ ਕਾਫੀ ਮਸ਼ਹੂਰ ਜੀ ਤਾਂ ਇਹ ਨਾਲ ਹੀ ਸਾਨੂੰ ਤੱਕ ਜੀ ਬਹੁਤ ਹੀ ਪੁਰਾਣਾ ਕਾਰਡ ਇਹ 1950 ਸਤਾਈ ਨਾ ਉਸੀ ਆ ਮਾਸ਼ਾਅੱਲਾ ਮਾਸ਼ਾਅੱਲਾ ਤਾਂ ਇਹ ਸਾਂ ਆਈ ਗਏ ਜੀ ਡੋਗ ਸੁਬੇਦਾਰਾਂ ਇਹ ਸੁਬੇਦਾਰਾਂ ਡੋਗ ਨੇ ਸਾਂ ਕਾਰ ਤੱਕ ਹੀ ਸਕਦਾ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪੁਰਾਣੇ ਕਾਰਡ ਜੀ ਇੱਥੇ ਇਸ ਵਿਊ ਤੱਕ ਜੀ ਛੁਤਰੋ ਬਾਜ਼ਾਰ ਨਾਲ ਔਰ ਛੁਤਰੋ ਗ੍ਰਾਇਣ ਆਈ ਜਿੱਥੇ ਸਾਂ ਇੰਜੋਏ ਕੀਤਾ ਉਸੀ ਆ ਤਾਂ ਬਾਕੀ ਹੁਣ ਸਾਂ ਆਪਣੇ ਠਿਕਾਣੇ ਦੇ ਬਿਲਕੁਲ ਕੋਲ ਆਈ ਗਏ ਹਾਂ ਜਿੱਥੇ ਸਾਂ ਜਾਣਾ ਸੀ ਆ ਜ਼ਹਿਰ ਉਹਨਾਂ ਸਾਂ ਉੱਥੇ ਜਾ ਸਾਂ ਆਪਣਾ ਕੰਮ ਕਾਜ ਜਿਹੜਾ ਹੈ ਜੀ ਉਹ ਕਰਸਾਂ ਤਾਂ ਫਿਰ ਸਾਂ ਮਿਲਦੇ ਹਾਂ ਲਓ ਜੀ ਇਸ ਵੇਲੇ ਆਈ ਗਏ ਹਾਂ ਜੀ ਕਾਰ ਯਾਨੀ ਕਿ ਦੇਸੀ ਮੋਲ 'ਚ ਆਈ ਗਏ ਹਾਂ ਤਾਂ ਇਸ ਤੱਕ
ਗਾਂ ਜਿਹੜੀ ਹੈ ਨਾ ਜੀ ਉਹ ਚੜ੍ਹੀ ਦੀ ਹੈ, ਚਿਰਾ ਛਿਰਾ ਕਰੀ ਦੀ ਹੈ, ਕਣਕ ਸ਼ਣਕ ਖਾਈ ਦੀ ਹੈ। ਬੱਕਰੀਆਂ ਜਿਹੜੀਆਂ ਨੇ ਜੀ ਉਹ ਪਾ ਰਹੀਆਂ, ਦੋ ਬੜੀਆਂ ਤਾਂ ਇੱਕ ਨਿੱਕੀਆਂ। ਇਹ ਕਣਕ ਨਿੱਕੀ ਸੀ ਆ ਤਾਂ ਚਲੋ ਅਸਾਂ ਆਇਆ ਇੱਥੇ ਬੰਨੀ ਉਰਾਂ, ਕਿਉਂਕਿ ਕਣਕ ਹੋਣੀ ਜੁਗੀ ਤਾਂ ਹੈ ਕੋਈ ਨਹੀਂ ਆ, ਨਾ ਹੀ ਕੱਪੜੇ ਜੁਗੀ ਆ, ਤਾਂ ਫਿਰ ਜ਼ਹਿਰ ਮਾਲ ਡੰਗਰ ਦਾ ਖਾਣ, ਇਹ ਤਾਂ ਆਪਣਾ ਪੇਟ ਭੜਾਉਣਾ ਨਾ, ਕਿਉਂਕਿ ਸਰਦੀ 'ਚ ਹੋਰ ਕੋਈ ਚੀਜ਼ ਹੋਣੀ ਕੋਈ ਆਪਣੀ ਜਿਹੜੀਆਂ ਜੀ ਉਹ ਹੁਣ ਜੰਮੀ ਵੀ ਆ। ਤਾਂ ਬਾਕੀ ਅਸਾਂ ਤੱਕੋ ਨਾ ਫਾਂਟਾ ਸ਼ਾਟਾਂ ਅਸਾਂ ਕੱਪੀ ਦੇ ਇੱਥੇ ਰੱਖੀਆਂ ਹੀ ਆ, ਅਤੇ ਬਾਕੀ ਆਦਾ ਲੱਕੜੀਆਂ ਕੁਝ ਲੁੰਗ ਸ਼ੁੰਗ ਜਿਹੜਾ ਹਨ ਜੀ ਉਹ ਅਸਾਂ ਕੱਪੀ ਦਾ ਅਦਖ ਰੱਖਿਆ, ਤਾਂ ਕੁਝ ਲੁੰਗ ਹੈ ਨਾ ਜੀ ਉਹ ਭਣੇ ਰੱਖਿਆ। ਸਵੇਲੇ ਟਾਈਮ ਪਿਆ ਹੋਣਾ ਜੀ ਕੋਰਾ, ਜ਼ਿਆਦਾ ਬਗੜੀਆਂ ਛਗੜੀਆਂ ਕੋਈ ਖਾਣੀਆਂ ਉਸ ਵੇਲੇ, ਉਸ ਤੋਂ ਬਾਅਦ ਨਾ ਹੀ ਉੱਪਰ ਚੜ੍ਹਾਉਣਾ, ਅਤੇ ਇਸ ਵਜ੍ਹਾ ਤੋਂ ਅਸਾਂ ਫਿਰ ਸ਼ਾਮੀ ਕੱਪੀ ਦਾ ਰੱਖੀ ਉੜਿਆ ਇੱਥੇ। ਇਹਦਾ ਅਸਾਂ ਤੱਕਣੇ ਉਸ ਵੇਲੇ ਤਾਂ ਤੁਸੀਂ ਇੱਥੇ ਨਜ਼ਰ ਰੱਖਣੀਆਂ ਸੀਗੀਆਂ ਲੂੰਗਿਆਂ ਵਿੱਚ ਜੰਟ ਪੱਤਰ ਛੱਤਰ ਜਿਹੜੇ ਇਸਨੇ ਰਹਿ ਸੀ ਨਾ ਜੀ ਉਹ ਅਸਾਂ ਉੱਪਰ ਕੜੀ 'ਤੇ ਰੱਖੀ ਉੜੀ, ਅਤੇ ਬਾਕੀ ਜਿਹੜੀ ਲੱਕੜੀ ਹੈ ਇਸਨੇ ਜੀ ਉਹ ਅਸਾਂ ਨੀਚੇ ਇਸਨੇ ਕੜੀ 'ਤੇ ਰੱਖੀ ਉੜੀ ਹੈ। ਅਤੇ ਬਾਕੀ ਉਹਦਾ ਹੀ ਵਿੱਚ ਬੈਰ ਵੀ ਲਗਾ ਵਾ ਜੀ, ਅਤੇ ਬੈਰ ਵੀ ਅਸਾਂ ਖਾਸਾਂ ਆ, ਇਹ ਤਾਂ ਕੱਚਾ ਆ, ਤਾਂ ਚਲੋ ਫਿਰ ਵੀ ਟਰਾਈ ਕਰਨਾ ਜ਼ਾਇਕਾ ਇਸ ਨਾਲ ਕਿਹਾ, ਕਿਉਂਕਿ ਇਸ ਜੰਡੀਆਂ ਬੈਰ ਕੇ ਦੇਖਾ ਤਾਂ ਕੋਈ, ਉਹ ਜੀ ਜੰਡ ਹੈ ਸੀ ਉਹ ਬਾਹਰ ਸੀ, ਇਹ ਜੇ ਜੰਡ ਹੈ ਨਾ ਜੀ ਉਹ ਇੱਧਰ ਹੈ, ਹੈ ਆਹ ਸਵਾਦ ਜਿਹਾ ਇਸ ਨਾਲ ਲੈ ਲਓ। ਉਹ ਸੇਬਾ ਲਿਆ ਤਾਂ ਕਾਫੀ ਦਿਹਾੜੇ ਮੈਂ ਇੱਧਰ ਘੁਣੀ ਆਇਆ ਸਾਂ, ਤਾਂ ਉਹ ਸਾਂ ਤਾਂ ਕੋਲ ਫਾਂਟਾਂ ਹੇਠਾਂ ਲਗਾ ਵਾ ਜੀ ਢੇਰ, ਅਤੇ ਉਹਨਾਂ ਟੁਕੜੀਆਂ ਸ਼ੁਕੜੀਆਂ ਵੀ ਅਸਾਂ ਇੱਥੇ ਟੁੱਕਾ ਮੈਂ ਕੁੱਠੂ, ਜਿਹੜੀ ਟੁਕੜੀਆਂ ਜਗ੍ਹਾ ਸੀ ਨਾ ਜੀ ਉਹ ਵੀ ਦੱਬੇ ਵੀ ਆ ਨੀਚੇ, ਜਿਹੜੀ ਬੇਰੀ ਜਗ੍ਹਾ ਸੀ ਨਾ ਜੀ ਉਹ ਇੱਥੇ ਸੀ ਆ, ਇੱਥੇ ਹੁਣ ਸਾਂ ਤੱਕੋ ਇਸਨੇ ਆਪਾਂ ਕੰਡੇ ਛੰਡੇ ਪੇ ਵੇ, ਤਾਂ ਮੈਂ ਉਹਨਾਂ ਵਿਆਹ ਗੁੱਥਾਂ ਲੱਕੜੀ ਤਾਂ ਉਹਦਾ ਪੇ ਵੀ ਆ ਮੁੰਡੀ ਜੀ ਸੀ ਆਖਣੇ, ਅਤੇ ਪੀਰੀ ਜਿਹੜੀ ਅਸਾਂ ਰੱਖਣੇ ਹੋਣੇ ਉਹ ਇੱਥੇ ਰੱਖਣੇ ਹੋਣੇ ਆ, ਤਾਂ ਉਹ ਹੁਣ ਇੱਥੇ ਜਗ੍ਹਾ ਤਾਂ ਇਹ ਖੁਣੀ ਆ। ਖੈਰ ਫਾਂਟਾਂ ਜਿਹੜੀਆਂ ਨੇ ਜੀ ਉਹ ਤਾਂ ਫਿਰ ਵੀ ਟੁੱਕੀਆਂ ਪਸੰਦ, ਉਸ ਵਿੱਚ ਕੁਹਾੜੀ 'ਚ ਹੀ ਨਹੀਂ ਸੀ, ਤਾਂ ਕੁਹਾੜੀ ਤੱਕਣੇ ਕੁੱਥਾ ਪੇ ਵੀ ਮਾਲ ਡੰਗਰ ਤਾਂ ਇੱਥੇ ਬੱਧੇ ਹੋਣੇ ਸਨ, ਬੱਕਰੀਆਂ ਉੱਥੇ ਅਤੇ ਬੱਚੀ ਇੱਥੇ, ਅਤੇ ਕੁਹਾੜੀ ਵੇਖਣੇ ਆ ਕੁੱਥੇ ਆ, ਉਹ ਵੀ ਇੱਥੇ ਪੇ ਵੀ ਉਸ ਆ, ਉਹ ਵੀ ਲੋਨੀ ਪੈ ਸੀ ਜ਼ਹਿਰ, ਫਿਰ ਫਾਂਟਾਂ ਜੀ ਟੁੱਕਣ ਉਸ ਨੂੰ, ਵੈਸੇ ਫਾਂਟਾਂ ਟੁੱਕਣ ਨੂੰ ਬਣਾਉਣੀਆਂ, ਇੱਥੇ ਉਹਨਾਂ ਨਜ਼ਰ ਮੇਰਾ ਕੋਲ ਆਈ ਦੀ ਆ, ਕੁੜਾ ਕਿਨਾਰਾ ਜੀ ਤੱਕ ਨਹੀਂ ਪੈ ਸੀ ਕਿ ਕੁਹਾੜੀ ਆਇਆ ਕੁੱਥੇ ਆ, ਕਿਉਂਕਿ ਕੁਹਾੜੀ ਬਗੈਰ ਕੰਮ ਨਹੀਂ ਚੱਲਣਾ ਜੀ, ਨਹੀਂ ਚੱਲਣਾ। ਫਾਂਟਾਂ ਵੈਸੇ ਅਸਾਂ ਹੱਥਾਂ ਨਾਲ ਵੀ ਭੰਨ ਨਹੀਂ ਸਕਦੇ, ਕਿਉਂਕਿ ਫਾਂਟਾਂ ਜਿਹੜੀਆਂ ਜੀ ਉਹ ਫਾਂਟਾਂ ਜਿਹੜੀਆਂ ਹੱਥਾਂ ਨਾਲ ਨਹੀਂ ਭੱਜਣੀਆਂ। ਲਓ ਜੀ ਕੁਹਾੜੀ ਸ਼ੁਹਾੜੀ ਲੱਭੀ ਗਈ ਹੈ, ਹੁਣ ਜੁਲਸਾਂ ਫਾਂਟਾਂ ਨੇ ਕੋਲ, ਅਤੇ ਟੁਕਸਾਂ ਆ ਫਾਂਟਾਂ, ਫਾਂਟਾਂ ਜਿਹੜੀਆਂ ਪਜਾਵਾਂ ਉਹ ਐਜ਼ ਪਜਾਵਾਂ, ਤਾਂ ਇਹਨਾਂ ਕੀ ਮਾੜੇ ਦੇ ਉੱਥੇ ਰੱਖਣੇ ਆ ਭਣੇ, ਤਾਂ ਫਿਰ ਜੇ ਤਾਂ ਉੱਥੇ ਇੰਨੇ ਟੁੱਕਣੇ ਆ, ਤਾਂ ਅੱਜ ਟੁਕੜੀਆਂ ਜੱਟੀਆਂ ਵੀ ਲੱਸੀ ਨਾ ਜੀ ਉਹ ਵੀ ਕਾਫੀ ਜ਼ਿਆਦਾ ਲੱਸੀ, ਇੱਥੋਂ ਨਹੀਂ ਲਵਾਂਗੇ ਕਿ ਫਾਂਟਾਂ ਜਿਹੜੀਆਂ ਨੇ ਜੀ ਉਹ ਤਾਂ ਬਹੁਤ ਹੀ ਜ਼ਿਆਦਾ ਹੀ ਆ, ਸੋ ਤੱਕ ਢੇਰੀ ਪੂੜੀ ਆ, ਤਾਂ ਮੈਂ ਹੁਣ ਦੁਤਰਾ ਗੱਦੇ ਉਸ ਉਹਨੇ, ਤਾਂ ਦੁਤਰਾ ਗੱਡੇ ਉਹਨਾਂ ਤਾਂ ਫਿਰ ਉਹਨੇ ਤਕਰੀਬਨ ਘੰਟਾ ਡੇਢ ਲੱਗੀ ਜਾਣਾ ਟੁਕੜੇ ਕੀ। ਖੈਰ ਫਾਂਟਾਂ ਇੱਥੇ ਚਾਹੁੰਦੇ ਜੀ ਇੰਨਾ ਕੀ ਜੁਲਨੇ ਉਹਦੇ ਅੱਗੇ, ਇੰਨਾ ਕੀ ਉਹਨਾਂ ਸਭ ਮੁੰਡੀ ਪਰ ਰੱਖਿਆ, ਇੱਥੋਂ ਇੰਨਾ ਕੀ ਲਾਉਣਾ ਕੱਟ, ਅਤੇ ਇਹ ਕੱਟ ਲਗਾ ਜੀ, ਦੂਸਰਾ ਕੱਟ ਲਾਉਣਾ, ਐ ਲਓ ਜੀ ਕੱਟ ਹੋ ਗਿਆ, ਉਹ ਇੰਨਾ ਕਿ ਇੱਥੋਂ ਚਾਸਾਂ ਜੀ, ਇੰਨਾ ਕਿ ਰੱਖ ਸਾਂ ਇੱਥੇ, ਇਸ ਤਰ੍ਹਾਂ ਸਾਰੀਆਂ ਟੁੱਕੀਆਂ ਚੱਕੇ ਵੀ ਲਈ ਨਾ, ਤਾਂ ਫਿਰ ਬਣੀ ਤਾਂ ਇੰਨਾ ਕਿ ਰੱਖਣੇ ਆ ਅੱਗੇ। ਜੀ ਮਾੜੇ ਦੋਸਤੋ ਫਾਈਨਲ ਇਸ ਵੇਲੇ ਮੈਂ ਆਈ ਗਿਆ ਜੀ ਆਪਣੇ ਗਰਾਂ ਵਿੱਚ, ਸ਼ਾਮ ਨਾਲ ਟਾਈਮ ਆਉਣਾ ਪਿਆ, ਸੂਰਜ ਜਿਹੜਾ ਆਇਆ ਸੀ ਨਾ ਜੀ ਉਹ ਵੀ ਲਈ ਗਿਆ, ਉਹ ਵੀ ਆਪਣੇ ਕਾਰ ਚਲਾ ਗਿਆ, ਸੂਰਜ ਜਿਹੜਾ ਆਇਆ ਜੀ ਉਹ ਇਸ ਕੋਠੀ ਦੇ ਪਿੱਛੋਂ ਲੈਣਾ ਤੁਹਾਨੂੰ ਤੱਕਣੇ ਹੋ ਸਕਦਾ, ਉੱਥੋਂ ਜਗ੍ਹਾ ਜਿਹੜੀ ਆਈ ਜੀ ਉਹ ਰੈੱਡ ਰੈੱਡ ਹੈ, ਕਿਉਂਕਿ ਸੂਰਜ ਜਿਹੜੇ ਸਨ ਜੀ ਉਸ ਕੋਠੀ ਨੇ ਪਿੱਛਾ ਜੇ ਲਿੱਤਾ, ਤਾਂ ਇਸ ਵਜ੍ਹਾ ਉਹ ਜਗ੍ਹਾ ਜਿਹੜੀ ਆਈ ਜੀ ਉਹ ਰੈੱਡ ਹੋਈ ਆ, ਬਾਕੀ ਗੱਲ ਸਾਂ ਏਰੀਏ ਤੱਕ ਥਾ ਸੁਗੀ ਕੋਈ ਰੈੱਡ ਵਾਲਾ ਜਗ੍ਹਾ ਨਜ਼ਰ ਨਾ ਅੱਛੀਆਂ ਸੀ, ਤਾਂ ਬਾਕੀ ਅੱਜ ਨਹੀਂ ਸਾਂ ਵੀਡੀਓ ਕੀਤੀ ਹੋ ਸੀ ਜੀ ਇੰਜੋਏ, ਛੁੱਤਰੋ ਗਿਆ ਸਾਂ ਤਾਂ ਥੋੜ੍ਹਾ ਜਿਹਾ ਵਿਊ ਦੱਸਿਆ ਸਾਂ ਕਿ ਛੁੱਤਰੋ ਥੋੜ੍ਹਾ ਜਿਹਾ ਕਿਹਾ, ਜਿਸ ਤੱਕ ਮੈਂ ਗਿਆ ਸਾਂ ਉੱਥੇ ਸਾਂ ਪੂਰਾ ਹੀ ਦੱਸੀ ਉੜਿਆ ਵਿਊ, ਤਾਂ ਉਹ ਜਿਹਾ ਵਿਊ ਸੀ ਆ ਜੀ ਉਹ ਮੋਟਰਸਾਈਕਲ ਐਵਰ ਸੀ ਆ, ਲੈਣ ਕੋਲ ਨਹੀਂ ਹੋਇਆ ਤਾਂ ਗੱਲਾਂ ਸਾਂ, ਤਾਂ ਅੱਛਾ ਵਿਊ ਬਣ ਗਿਆ, ਚਲੋ ਨੈਕਸਟ ਟਾਈਮ ਕੋਲ ਅੱਜ ਗਏ ਹਾਂ ਤਾਂ ਇਨਸ਼ਾਅੱਲਾ ਸਾਂ ਕਿ ਫਿਰ ਟੂੜੀ ਨਾ ਤਾਂ ਉਸ ਨਾਲ ਵਿਊ ਚੈੱਕ ਕਰ ਸਾਂ, ਤਾਂ ਸਾਂ ਇੰਜੋਏ ਕਰ ਸਵੈ, ਤਾਂ ਬਾਕੀ ਸਾਨੂੰ ਕਿ ਸਾਂਝੀ ਇਜਾਜ਼ਤ, ਅਗਰ ਅੱਜ ਨਹੀਂ ਵੀਡੀਓ ਨੇ ਦੌਰਾਨ ਕਿਸਾ ਕਿਸਮ ਦੀ ਗਲਤੀ ਕੀਤੀ ਹੋਈ ਹੈ ਤਾਂ ਮਾਫ਼ ਕਰਿਆ, ਤਬ ਤੱਕ ਦੱਸੋ ਇਜਾਜ਼ਤ, ਫੀ ਮਾਨ ਅੱਲਾ।